मास्टर केडर यूनियन चैनल ते तुहाडा सब दा स्वागत है। जिवें कि तुहानू सब नू पता है कि ईटीटी 99 भर्ती दीआं मैरिट लिस्टां जिहड़ियां अज डिपार्टमेंट वल्लों जारी कर दित्तियां गईआं ने, स्क्रूटनी लई कैंडिडेट्स नू बुला लिया गया जिहड़े मैरिट लिस्टां विच आए ने। वीडियो च तुहानू सारी जानकारी देवांगे क्योंकि बहुत सारे साथी कन्फ्यूज़ ने कि होर स्क्रूटनी लिस्टां आउणगीआं, मतलब कि होर कैंडिडेट्स नू बुलाया जा सकदा है, ते जिहड़े नंबर तक वाले कैंडिडेट्स नू स्क्रूटनी लई बुलाया गया कि उन्हां दा सारयां दा नंबर आ जूगा जां इन्हां दे विचों कुछ कैंडिडेट रह तां नहीं जाणगे, जां होर भी स्क्रूटनी की 17-18 तरीक नू होऊगी, जां जिवें पंजाब दे हालात ने कि स्क्रूटनी लेट तां नहीं हो सकती, पूरी जानकारी तुहानू इस वीडियो च सारी जानकारी दित्ती जाऊगी। जिहड़े जिहड़े साथी ईटीटी 99 भर्ती नाल संबंधित ने ते उन्हां दा नाम मैरिट लिस्ट विच आया है जां मैरिट लिस्ट दे नेड़े तेड़े आ, मन के चलो 120-122 इत्थे नेड़े तेड़े नंबर ने, जां 100 तों प्लस प्लस जिन्हां दे नंबर ने, ਤਾਂ ਉਹ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ। ਗੱਲਬਾਤ ਕਰਦੇ ਹਾਂ 99 ਭਰਤੀ ਦੀਆਂ ਲਿਸਟਾਂ ਨਾਲ ਸੰਬੰਧਿਤ। ਜਿਵੇਂ ਕਿ ਤੁਸੀਂ ਸਾਰਿਆਂ ਨੇ ਵੈਸੇ ਤਾਂ ਚੈੱਕ ਕਰ ਲਿਆ ਹੋਣਾ ਕਿ ਜਿਹੜੇ ਕੱਟ ਆਫ ਆ ਪ੍ਰੋਪਰ ਕੈਟਾਗਰੀ ਵਾਈਜ਼ ਕਿੱਥੇ ਤੱਕ ਬੁਲਾਏ ਗਏ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਗੱਲ ਕਲੀਅਰ ਕਰ ਦਈਏ ਕਿ ਜਿਹੜੀ ਸਕਰੂਟਨੀ ਲਈ ਕੈਂਡੀਡੇਟਸ ਬੁਲਾਏ ਜਾਂਦੇ ਆ ਉਹ ਸੀਟਾਂ ਦੇ ਅਨੁਸਾਰ 1.5 ਗੁਣਾ ਕੈਂਡੀਡੇਟਸ ਜਿਹੜੇ ਸਕਰੂਟਨੀ ਲਈ ਬੁਲਾਏ ਜਾਂਦੇ ਆ। ਮੰਨ ਕੇ ਚੱਲੋ ਜੇ 100 ਸੀਟ ਹੈ ਤਾਂ 150 ਬੰਦਾ ਸਕਰੂਟਨੀ ਲਈ ਬੁਲਾਇਆ ਜਾਊਗਾ, ਡਿਪਾਰਟਮੈਂਟ ਵੱਲੋਂ ਇਹ ਪ੍ਰੋਪਰ ਹਦਾਇਤ ਹੁੰਦੀ ਹੈ, ਇਸ ਤੋਂ ਵੱਧ ਵੀ ਬੁਲਾਏ ਜਾ ਸਕਦੇ ਆ। ਤਾਂ ਬਹੁਤ ਸਾਰੇ ਸਾਥੀਆਂ ਦੇ ਮੈਸੇਜ ਇੱਦਾਂ ਆਉਂਦੇ ਆ ਕਿ ਸਰ ਸਕਰੂਟਨੀ ਲਈ ਹੋਰ ਕੈਂਡੀਡੇਟਸ ਬੁਲਾਏ ਜਾਣਗੇ ਜਾਂ ਨਹੀਂ, ਜਾਂ ਸੈਕਿੰਡ ਲਿਸਟ ਆਉਣਗੀਆਂ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਹਾਲੇ ਤਾਂ ਪਹਿਲੀ ਲਿਸਟ ਦੀ ਸਕਰੂਟਨੀ ਹੋਣ ਜਾ ਰਹੀ ਹੈ, ਇਸ ਦੇ ਵਿੱਚੋਂ ਹਾਲਾਂਕਿ ਦੂਸਰੀ ਲਿਸਟ ਵਾਲੇ ਕੈਂਡੀਡੇਟ ਵੀ ਹੋਣਗੇ, ਪਰ ਇਹ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਮੈਰਿਟ ਈਟੀਟੀ ਦੀ ਕਾਫੀ ਡਾਊਨ ਜਾਊਗੀ ਅਤੇ ਸਕਰੂਟਨੀ ਵਾਲੇ ਹੋਰ ਬਹੁਤ ਸਾਰੇ ਸਾਥੀ ਹਾਲੇ ਹੋਰ ਬੁਲਾਏ ਜਾਣੇ ਨੇ ਹਰ ਇੱਕ ਕੈਟਾਗਰੀ ਦੇ। ਕਿਉਂਕਿ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਓਪਨ ਦੇ ਜਿਹੜੇ ਕੈਂਡੀਡੇਟਸ ਨੇ ਉਹ ਲਗਭਗ ਜਿਹੜੇ ਓਪਨ ਦੇ ਇੱਕ ਸੌ ਚੌਵੀ ਨੰਬਰਾਂ ਵਾਲੇ 126-124 ਨੰਬਰਾਂ ਵਾਲੇ, ਤਾਂ ਇਹ 25 ਤਰੀਕ ਤੱਕ ਇਹਨਾਂ ਦੀ ਸਕਰੂਟਨੀ ਹੋਣੀ ਹੈ, ਯਾਨੀ ਕਿ 124 ਨੰਬਰ ਵਾਲੇ ਤੱਕ ਨੂੰ ਤਾਂ ਬੁਲਾਇਆ ਗਿਆ, ਇਹ 1.5 ਗੁਣਾ ਕੈਂਡੀਡੇਟਸ ਨੇ ਜਿਹੜੇ 124 ਨੰਬਰ ਤੱਕ ਬੁਲਾਏ ਗਏ ਨੇ। ਤਾਂ ਇਹ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੇ ਇਸ ਤੋਂ ਘੱਟ ਨੰਬਰਾਂ ਵਾਲੇ ਵੀ 120-122 ਵਾਲੇ ਵੀ ਅਗਲੀ ਵਾਰੀ ਸੈਕਿੰਡ ਲਿਸਟ ਥਰਡ ਲਿਸਟ ਵੇਲੇ ਬੁਲਾਏ ਜਾਣਗੇ, ਸਕਰੂਟਨੀ ਉਹਨਾਂ ਦੀ ਵੀ ਹੋਊਗੀ, ਅਤੇ ਇਹ ਵੀ ਸ਼ੋਰ ਹੈ ਕਿ 124 ਨੰਬਰਾਂ ਵਾਲੇ ਤੱਕ ਦਾ ਨੰਬਰ ਆ ਜਿਹੜਾ ਕੈਂਡੀਡੇਟਸ ਦਾ ਉਹ ਆਜੂਗਾ, ਅਤੇ ਇਹ ਸਾਰੇ ਸਿਲੈਕਟ ਹੋਣਗੇ ਜਿਹੜੇ ਪਹਿਲੀਆਂ ਲਿਸਟਾਂ ਵਾਲੇ ਨੇ। ਇਸ ਤੋਂ ਬਾਅਦ ਦੂਸਰੀਆਂ ਜੇਕਰ ਆਪਾਂ EWS ਦੀ ਗੱਲ ਕਰੀਏ ਤਾਂ 100 ਅੰਕਾਂ ਤੱਕ ਬੁਲਾਏ ਗਏ ਨੇ, ਹਾਲਾਂਕਿ EWS ਦੇ ਵਿੱਚ ਥੋੜ੍ਹੀ ਬਹੁਤੀ ਕਨਫਿਊਜ਼ਨ ਹੈਗੀ ਹੈ ਕਿ 100 ਨੰਬਰ ਤੱਕ ਸਿਲੈਕਟ ਹੋ ਜਾਣਗੇ ਜਾਂ ਨਹੀਂ। ਇਸੇ ਤਰ੍ਹਾਂ SC MB ਦੇ ਵਿੱਚ 98 ਨੰਬਰਾਂ ਤੋਂ ਘੱਟ ਵਾਲੇ ਸਾਰੇ ਉਮੀਦਵਾਰ ਬੁਲਾਏ ਗਏ ਨੇ, ਅਤੇ SC RO ਦੇ ਵਿੱਚ 114 ਨੰਬਰ ਤੋਂ ਤੱਕ ਵਾਲੇ, ਅਤੇ BC ਦੇ ਵਿੱਚ 116 ਨੰਬਰ ਤੱਕ ਵਾਲੇ। ਤਾਂ ਇਹ ਸਾਰੇ ਕੈਂਡੀਡੇਟਸ ਨੇ ਜਿਹੜੇ ਇਹ ਬੁਲਾਏ ਗਏ ਨੇ, ਪਰ ਦੂਸਰੀ ਜਾਂ ਤੀਸਰੀ ਲਿਸਟ ਦੇ ਵਿੱਚ ਇਹਨਾਂ ਦੇ ਜਿਹੜੇ ਲੱਗਣ ਦੇ ਬਹੁਤ ਹੱਦ ਤੱਕ ਚਾਂਸ ਹੈਗੇ ਨੇ। ਅਤੇ ਗੱਲਬਾਤ ਆਪਾਂ ਕਰਦੇ ਹਾਂ ਜਿਹੜਾ ਸਕਰੂਟਨੀ ਲਿਸਟਾਂ ਨੇ ਕਿ ਜਿਹੜੀ ਸਕਰੂਟਨੀ 17 ਤਰੀਕ ਨੂੰ ਜਾਂ ਜਿੱਦਣ ਹੋਣੀ ਹੈ, ਅਤੇ 17-18-24 ਕਿਉਂਕਿ ਪੰਜਾਬ ਦੇ ਹਾਲਾਤ ਬਾਰਿਸ਼ ਦੇ ਕਰਕੇ ਬਹੁਤ ਜ਼ਿਆਦਾ ਖਰਾਬ ਨੇ, ਤਾਂ ਹਜੇ ਵੀ ਇਹ ਹੈ ਵੀ ਮੌਸਮ ਸਹੀ ਨਹੀਂ ਹੋਇਆ ਕਿ ਹੋ ਸਕਦਾ ਉਹਦੇ 2-3 ਦਿਨਾਂ ਦੇ ਵਿੱਚ ਬਾਰਿਸ਼ ਹੋਰ ਹੋ ਜੇ, ਤਾਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਖਾਸ ਕਰਕੇ ਪਟਿਆਲਾ ਸਮਾਣਾ ਇੱਧਰ ਸਾਈਡ ਦੇ ਵਿੱਚ ਤੁਸੀਂ ਖਬਰਾਂ ਸੁਣ ਰਹੇ ਹੋ, ਅਤੇ ਕੈਂਡੀਡੇਟਸ ਨੂੰ ਆਉਣ ਜਾਣ ਦੇ ਵਿੱਚ ਵੀ ਦਿੱਕਤ ਆਊਗੀ, ਅਤੇ ਜਿਹੜੇ ਜਿੰਨੇ ਵੀ ਡਿਪਾਰਟਮੈਂਟ ਮੋਹਾਲੀ ਦੇ ਵਿੱਚ ਨੇ ਤਾਂ ਉੱਥੇ ਵੈਸੇ ਪਾਣੀ ਖੜਾ ਪਹਿਲਾਂ, ਹੋ ਸਕਦਾ ਤੁਹਾਡੀ ਸਕਰੂਟਨੀ ਹੈ ਜਿਹੜੀ 17-18 ਉਹ ਲੇਟ ਹੋ ਜੇ। ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਆਪਣੇ ਵੈਸੇ ਡਾਕੂਮੈਂਟ ਵਗੈਰਾ ਫਾਈਲਾਂ ਵਗੈਰਾ ਤਿਆਰ ਕਰਕੇ ਰੱਖੋ ਜਿਨ੍ਹਾਂ ਜਿਨ੍ਹਾਂ ਕੈਂਡੀਡੇਟਸ ਦਾ ਨੰਬਰ ਆਇਆ, ਅਤੇ ਬਾਕੀ ਜਿਹੜੇ ਨੇੜੇ ਤੇੜੇ ਨੰਬਰ ਵਾਲੇ ਨੇ ਉਹ ਵੀ ਆਪਣੇ ਡਾਕੂਮੈਂਟ ਵਗੈਰਾ ਤਿਆਰ ਰੱਖਣ। ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਬਹੁਤ ਜਲਦੀ ਜਿਹੜੀਆਂ ਫਸਟ ਲਿਸਟਾਂ ਕੰਪਲੀਟ ਹੋਣ ਤੋਂ ਬਾਅਦ ਸੈਕਿੰਡ ਲਿਸਟ ਜਾਂ ਥਰਡ ਲਿਸਟ ETT ਦੀ ਆਊਗੀ, ਜਿਹਦੇ ਵਿੱਚ ਕਿ ਜਿਨ੍ਹਾਂ ਸਾਥੀਆਂ ਦੇ ਨੇੜੇ ਨੇੜੇ ਨੰਬਰ ਨੇ, ਯਾਨੀ ਕਿ ਜੇ ਜਰਨਲ 124 ਵਾਲੇ ਬੁਲਾਏ ਆ ਤਾਂ 120-22-18 ਇੱਥੇ ਵਾਲੇ ਦਾ ਵੀ ਜਿਹੜਾ ਸਕਰੂਟਨੀ ਲਈ ਉਹ ਬੁਲਾਏ ਜਾਣਗੇ, ਬਹੁਤ ਜਲਦੀ ਉਹਨਾਂ ਦੀਆਂ ਲਿਸਟਾਂ ਆਉਣਗੀਆਂ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ, ਅਤੇ ਬਾਕੀ ਆਪਾਂ ਕੱਲ੍ਹ ਨੂੰ ਪ੍ਰੋਪਰ ਤੁਹਾਨੂੰ ਕੈਟਾਗਰੀ ਵਾਈਜ਼ ਸਾਰੀ ਸਮਝਾ ਦਾਂਗੇ। ਅਸੀਂ ਥੋੜ੍ਹਾ ਜਿਹਾ ਬਿਜ਼ੀ ਹੋਣ ਕਰਕੇ ਸਾਡੇ ਕੱਟ ਆਫ ਦੀ ਵੀਡੀਓ ਵੀ ਨਹੀਂ ਪਈ, ਹਾਲਾਂਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਸੀ ਕਿ 60-62 ਨੰਬਰ ਤੱਕ ਜਿਹੜੀ ਕੱਟ ਆਫ ਜਾਊਗੀ ਓਪਨ ਦੀ। ਕੱਲ੍ਹ ਨੂੰ ਤੁਹਾਨੂੰ ਪ੍ਰੋਪਰ ਦੱਸ ਦਾਂਗੇ ਕਿ ਪਹਿਲੀ ਲਿਸਟ ਦੇ ਵਿੱਚ ਕਿੰਨੀ ਤੱਕ ਕੱਟ ਆਫ ਹਰੇਕ ਕੈਟਾਗਰੀ ਦੀ ਜਾ ਸਕਦੀ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਬਾਕੀ ਕੱਲ੍ਹ ਨੂੰ ਡਾਕੂਮੈਂਟ ਵਗੈਰਾ ਦੀ ਸਾਰੀ ਵੀਡੀਓ ਬਣਾ ਕੇ ਤੁਹਾਡੇ ਤੱਕ ਲੈ ਆਵਾਂਗੇ। ਥੈਂਕ ਯੂ ਸੋ ਮੱਚ।